ସେ ଦେଶରେ ପ୍ରେଥାଙ୍କ ସମୟ ਜਦੋਂ ਵੀ ਪਿੰਡ ਨੂੰ ਜਾਣਾ ਬਾਪੂ ਜੀ ਹੁਣੀ ਮੈਂ ਦੇਖਦਾ ਸੀ ਕੁਰਸੀ ਲਾ ਕੇ ਕਦੀ ਚਲੋ ਜਦੋਂ ਅਵਸਥਾ ਆਉਂਦੀ ਆ ਉਦੋਂ ਸੋਟੀ ਪਹਿਲਾਂ ਸੋਟੀ ਤੋਂ ਬਗੈਰ ਕੁਰਸੀ ਲਾ ਕੇ ਲਾਲੀ ਭਾਈ ਵਾਲੀ ਜਿਹੜੀ ਕੋਠੀ ਆ ਇਹ ਬਾਅਦ 'ਚ ਬਣੀ ਉਸ ਤੋਂ ਅਗਲੇ ਪਾਸੇ ਪਹਿਲਾਂ ਬੈਠੇ ਹੁੰਦੇ ਉਹਨਾਂ ਕੋਲ 4-8-10 ਸੱਜਣ ਹਰ ਵੇਲੇ ਬੈਠੇ ਹੁੰਦੇ ਸੀ ਜਦੋਂ ਵੀ ਲੰਘਣਾ ਵੜਨਾ ਇਸ ਟਾਈਮ ਤੱਕ ਵੀ ਮੈਨੂੰ ਲੱਗਦਾ ਕਿ ਉਹਨਾਂ ਦੀ ਉਮਰ ਜਿਹੜੀ ਆ 90-95 ਦੇ ਕਰੀਬ ਹੋ ਸਕਦੀ ਹੈ ਕਿ ਜੇ 90-95 ਸਾਲ ਹੋ ਗਈ ਇੰਨੀ ਉਮਰ ਅੱਜ ਕੱਲ੍ਹ ਬਹੁਤ ਘੱਟ ਇਨਸਾਨ ਮੈਨੂੰ ਲੱਗਦਾ ਕਿ ਅਸੀਂ ਜਿਹੜੇ ਇੱਥੇ ਤੁਰੇ ਫਿਰਦੇ ਹਾਂ ਅਸੀਂ ਵੀ 60-65 ਨਹੀਂ ਟੱਪਣਾ ਬਾਪੂ ਜੀ ਬੜੇ ਚੰਗੀ ਕਲਾ ਦੇ ਨਿਸ਼ਾਨ ਸਾਹਿਬ ਅਤੇ ਹੁਣ ਅਸੀਂ ਸਾਡਾ ਕਾਦੀਆਂ ਹਲਕੇ ਦੇ ਸਾਡੇ ਛੋਟੇ ਵੀਰ MLA ਫਤਿਹ ਸਿੰਘ ਦੀ ਮਾਜਵਾ ਉਹ ਵੀ ਆਏ ਨੇ ਅਤੇ ਸਾਡੇ ਪਰਿਵਾਰ ਨੇ ਅਤੇ ਲਾਗੀ ਜੀ
महाराज की बाणी के नाल जोड़ के गुरु महाराज के प्रचार वास्ते ला दिता है, वह सच्चे पातशाह की परमात्मा की कृपा है। तो जरा गुरु महाराज के नाल जोड़ता है उन्होंने असं नमस्कार करते हैं, अपना सिर झुकाने जो गल करनी है। कहना पाशा साहब जो तुम आओगे ना फिर आप कट्ठे चलेंगे। तो भरा ने अपनी जुबान पकाई जो दास को इतों पार्टी ने टिकट दिती तो सरदार प्रताप सिंह जी बाजवा और असी कटिया इन्हों आप जाके लैके आता है भी ये साढ़े को आए ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਸਾਡੇ ਬਾਪੂ ਜੀ ਨੂੰ ਗੁਰੂ ਸਾਹਿਬ ਆਪਣੇ ਚਰਨਾਂ 'ਚ ਵਾਸ ਬਖਸ਼ਣ ਅਤੇ ਸਾਡੇ ਆਇਆ ਹੋਇਆ ਸਾਰਿਆਂ ਦਾ ਦਿਲੋਂ ਧੰਨਵਾਦ ਅਤੇ ਸਾਨੂੰ ਮਿਹਰ ਭਰਿਆ ਸਾਡੇ 'ਤੇ ਗੁਰੂ ਸਾਹਿਬ ਆਪਣਾ ਹੱਥ ਰੱਖਣ। ਇਹਨਾਂ ਦਿਨ ਦਾ ਫਤਿਹ ਬੁਲਾਉਣਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। परमेश्वर की रजा कोई किंतु परंतु नहीं कर सकता।
ਕੋਈ ਉਹਦੀ ਹੋਣੀ ਨੂੰ ਟਾਲ ਨਹੀਂ ਸਕਦਾ। ਮੈਂ ਗੱਲ ਕਰ ਰਿਹਾ ਸੀ ਕਿ ਬਾਬਾ ਬੁੱਢਾ ਜੀ ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਨੂੰ, ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿਣ ਲੱਗੇ ਕਿ ਬਾਬਾ ਜੀ ਮਹਾਰਾਜ ਜੀ ਮੈਂ ਵੇਖਣ ਡਿਆ ਹਾਂ ਚੁੱਲ੍ਹੇ ਦੇ ਵਿੱਚ, ਅਤੇ ਜਿਹੜੀਆਂ ਨੇਕੀਆਂ ਲੱਗਣਾ ਸੀ ਉਹ ਕਈ ਬਹੁਤ ਸਾਰੀਆਂ, ਅਤੇ ਵੱਡੀਆਂ ਨੂੰ ਅੱਗ ਬਾਹਰ ਹੀ ਦਿੱਤੇ, ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸਿੱਖਾਂ ਦੇ ਨਾਲ ਚੱਲ ਗਏ, ਅਤੇ ਬਚਨ ਸੀ ਨਾ ਬਚਨ ਪਕਾਉਣਾ ਸੀ ਨਾ ਗੁਰੂ ਨੇ, ਗੁਰੂ ਤੇ ਆਪਣੇ ਸਿੱਖ ਦੇ ਸਦਾ ਹੀ ਅੰਗ ਸੰਗ ਵਾ, ਗੁਰੂ ਤੇ ਆਪਣੇ ਸਿੱਖ ਦੀ ਹਰ ਵੇਲੇ ਪਾਲਣਾ ਕਰਦਾ, ਅਤੇ ਫਿਰ ਬਾਬਾ ਬੁੱਢਾ ਜੀ ਸਿੱਖ ਐਸੇ ਸਿੱਖ ਐਸੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਜਿਹੜੇ ਉਹਨਾਂ ਦੇ ਕੋਲ ਗਏ ਅਤੇ ਦੂਸਰੇ ਪਰਗੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਜੀ ਰਹਿ ਗਏ, ਦੂਸਰੇ ਪਰਗੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਜੀ ਪਾ ਗਏ, ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਬਾਬਾ ਬੁੱਢਾ ਜੀ ਨੇ ਦੇਖ ਉਹਦੇ ਵਿੱਚ ਖੋਲੋ, ਜਿੰਨਾ ਚਿਰ ਵਿੱਚ ਨਾ ਖੋਲੋਗੇ ਉਹਨਾਂ ਚਿਰ ਦਿਲ ਤੇ ਦਿਲ ਦੀ ਡੰਗਿਆਈ ਤੇ ਕੋਈ ਅਸਰ ਨਹੀਂ ਹੁੰਦਾ। ਬਸ ਇੱਕੋ ਹੀ ਗੱਲ ਆ, ਇੱਕ ਗੱਲ ਚੇਤੇ ਰੱਖੋ, ਗੁਰੂ ਨਾਨਕ ਦੇਵ ਮਹਾਰਾਜ ਜੀ ਨਾਨਕ ਲੇਖੇ ਇੱਕ ਗੱਲ ਹੋਰ ਹੋਰ ਮੈਂ ਝਖੜਾ ਝਾੜ ਨੇਤਰਾਂ ਦੇ ਵਿੱਚੋਂ ਦੀ ਨਿਗਾਹ ਕੀਤੀ, ਨੇਤਰਾਂ ਦੇ ਵਿੱਚੋਂ ਦੀ ਨਿਗਾਹ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਨੇ, ਤਪ ਦਾ ਕੜਾਹਾ ਠੰਡਾ ਮਿੱਠੇ ਹੋ ਗਏ, ਨੇਤਰਾਂ ਦੇ ਵਿੱਚੋਂ ਦੀ ਨਿਗਾਹ ਮਾਰੀ ਅੱਖਾਂ ਨੂੰ ਅੱਗ ਲਾ ਦਿੱਤੇ, ਨੇਤਰਾਂ ਦੇ ਨਾਲ ਨਿਗਾਹ ਮਾਰੀ ਕੋਹੜਿਆਂ ਨੂੰ ਲਾੜੀ ਕਰ ਦਿੱਤਾ। ਨਾਨਕ ਨਗਰੀ ਸਾਰੇ ਬੋਲੋ, ਨਾਨਕ ਨਗਰੀ ਨਗਰ ਨਿਹਾਲ, ਜੇ ਪਾਪੀ ਤੇ ਨਿਗਾਹ ਪੈ ਗਈ ਨਾ ਪਾਪੀ ਤੇ। ਬੁੱਢਾ ਜੀ ਕਹਿਣ ਲੱਗੇ ਮਹਾਰਾਜ ਜੀ, ਮਹਾਰਾਜ ਜੀ ਮੈਂ ਇੰਨਾ ਚਿਰ ਗੁਰੂ ਨਾਨਕ ਦੇ ਘਰ ਦਾ ਕੁੱਤੇ ਬਣ ਕੇ ਸੇਵਾ ਕੀਤੀ ਆ, ਮੈਂ ਕੁਝ ਨਹੀਂ ਮੰਗਿਆ, ਮਹਾਰਾਜ ਜੀ ਅੱਜ ਮੈਂ ਇੱਕ ਮੰਗ ਮੰਗਣ ਲੱਗਾ। ਇੱਥੇ ਮੈਂ ਗੱਲ ਨਿਆਣੀ ਬੰਦੇ ਦੀ ਨਹੀਂ ਕਰ ਰਿਹਾ, ਗੱਲ ਗੁਰੂ ਹਰਗੋਬਿੰਦ ਸਾਹਿਬ ਦੀ ਕਰ ਰਿਹਾ, ਜਿਹਦੀ ਨੇਤਰਾ ਜਿਹਦੇ ਨੇਤਰ ਜਿਹਦੀ ਨਿਗਾਹ ਗੁਰੂ ਬਾਬਾ ਬੁੱਢਾ ਜੀ ਦੇ ਨੇਤਰਾਂ ਵਿੱਚ ਟਿਕੀ ਹੋਈ ਆ, ਉਹ ਉੱਠ ਕੇ ਬਾਬਾ ਬੁੱਢਾ ਜੀ ਦੇ ਦੋਵੇਂ ਹੱਥ ਫੜ ਕੇ ਘੁੱਟ ਕੇ ਮੱਥੇ ਨੂੰ ਲਾ ਕੇ ਕਹਿੰਦੇ, ਬਾਬਾ ਜੀ ਮੰਗੋ ਨਾ ਹੁਕਮ ਕਰੋ, ਆਖੋ ਸਤਿਨਾਮ ਸ੍ਰੀ, ਬਾਬਾ ਜੀ ਮੰਗੋ ਨਾ ਹੁਕਮ ਕਰੋ। ਮਾਲਕਾ ਇੰਨੀ ਸਿੱਖ ਦੀ ਵਡਿਆਈ ਗੁਰੂ ਹਰਗੋਬਿੰਦ ਸਾਹਿਬ ਦੇ ਮਨ ਵਿੱਚ, ਸਿੱਖ ਦੀ ਇੰਨੀ ਵਡਿਆਈ, ਇੰਨੀ ਮਹਾਨਤਾ, ਇੰਨਾ ਸਤਿਕਾਰ ਕਿ ਜਪਜੀ ਸਾਹਿਬ ਵਿੱਚ ਆ ਗਏ, ਇੰਨੀ ਸ਼ਰਧਾ ਵਿੱਚ ਆ ਗਏ, ਚਾਰ ਚੁਫੇਰੇ ਨਿਗਾਹ ਮਾਰੀ ਗੁਰੂ ਹਰਗੋਬਿੰਦ ਸਾਹਿਬ ਨੇ, ਉਹਦਾ ਭੇੜਾ ਦੇਵਾਂਗੀ, ਜਿੰਨੇ ਪਿਆਰ ਦੇ ਨਾਲ ਇਹਨੇ ਮੈਨੂੰ ਜਪਜੀ ਸਾਹਿਬ ਸੁਣਾਇਆ, ਜਿੰਨੇ ਪਿਆਰ ਦੇ ਨਾਲ ਬਾਣੀ ਪੜ੍ਹੀ ਆ, ਜਿੰਨੀ ਇਹਦੇ ਵਿੱਚ ਮਨ ਦੀ ਇਕਾਗਰਤਾ ਵਾ, ਮੈਂ ਇਸ ਬਾਣੀ ਦੀ ਭੇੜਾ ਇਹਨੂੰ ਦੇਵਾਂ ਤੇ ਦੇਵਾਂਗੀ। ਚਾਰ ਚੁਫੇਰੇ ਜਾਇਦਾਦ ਵਾ ਨਿਗਾਹ ਮਾਰੀ, ਚਾਰ ਚੁਫੇਰੇ ਕਿਤੇ ਮਨ ਨਹੀਂ ਟਿਕਿਆ ਗੁਰੂ ਹਰਗੋਬਿੰਦ ਸਾਹਿਬ ਦਾ, ਤੇ ਕਹਿੰਦੇ ਜੀ ਭੇੜਾ ਫੇਰੀ ਸਿੰਘਾਸਨ ਵਾ, ਇਹ ਗੱਡੀ ਆ ਗੁਰੂ ਨਾਨਕ ਦੀ ਗੱਡੀ ਹੈ ਜੀ ਭੇੜਾ, ਸਿੱਧੀ ਮਿੱਟੀ ਸਿੰਘਾਸਨ ਤੋਂ ਉੱਠ ਪਏ ਗੁਰੂ ਹਰਗੋਬਿੰਦ ਸਾਹਿਬ, ਸਿੱਧੀ ਮਿੱਟੀ ਸਿੰਘਾਸਨ ਤੋਂ ਉੱਠ ਪਏ, ਦੋ ਪੌੜੀਆਂ ਥਾਂ ਉੱਤਰੇ ਕਾਲ ਤਖਤ ਉੱਤੋਂ, ਤੇ ਜਦੋਂ ਮਨ ਦੀ ਬਿਰਤੀ ਵੇਖੀ ਭਾਈ ਗੋਪਾਲੇ ਦੀ ਤੇ ਘੋੜੇ ਦੇ ਡਿੱਗੀ, ਤੇ ਜਿਹੜੇ ਉਹ ਪੰਜ ਘੋੜੇ ਗੁਰੂ ਹਰਗੋਬਿੰਦ ਸਾਹਿਬ ਨੇ ਕੱਲ੍ਹ ਖਰੀਦ ਕੇ ਲਿਆਂਦੇ ਆ ਨਾ, ਮੈਨੂੰ ਐਵੇਂ ਲੱਗਦਾ ਮੈਨੂੰ ਚਿਹਰੇ ਨੂੰ ਇਵੇਂ ਲੱਗਦਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਖੁਸ਼ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਖੁਸ਼ ਨੇ, ਕਿਉਂਕਿ ਫੁਰਨੇ ਆ ਨਾ ਫੁਰਨੇ, ਔਰ ਜਿੰਨੇ ਅਸੀਂ ਜੀ ਬੈਠੇ ਹਾਂ ਨਾ ਕੋਈ ਕਰਮਾ ਵਾਲਾ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ, ਹਰ ਇੱਕ ਦੇ ਫੁਰਨੇ ਨੇ, ਕਿਸੇ ਦਾ ਫੁਰਨਾ ਕਿਤੇ ਵਿੱਚ, ਕਿਸੇ ਦਾ ਫੁਰਨਾ ਕਿਤੇ ਵਿੱਚ, ਤੇ ਵੀ ਮੈਂ ਇਹ ਗੱਲ ਆਪ ਨਹੀਂ ਕਹਿ ਰਿਹਾ, ਇਹ ਤੁਹਾਨੂੰ ਗੱਲ ਮੈਂ ਨਹੀਂ ਕਹਿ ਰਿਹਾ, ਜਿਸ ਬਾਪੂ ਦੀ ਗੋਦ ਵਿੱਚ ਮੈਂ ਬੈਠਾ ਉਹ ਬਾਪੂ ਕਹਿ ਰਿਹਾ, ਕਹਿੰਦਾ ਬੰਦਿਆ ਤੇਰੇ ਅੰਤਰੀ ਜਿਹੜਾ ਨਵੇੜਾ ਤੇਰੇ ਫੁਰਨਿਆਂ ਨਾਲ ਹੋਣਾ ਹੀ, ਕਿਤੇ ਇਹ ਗੱਲ ਉੱਚੇ ਤੇ ਰੱਖੀ, ਕਿਤੇ ਭੁੱਲ ਨਾ ਜਾਈ, ਅੰਤ ਨਵੇੜਾ ਤੇਰਾ ਫੁਰਨਿਆਂ ਨਾਲ ਹੀ, ਜੇ ਕਿਤੇ ਫੁਰਨਾ ਟਿਕਾਵੇਗਾ, ਜੇ ਤੇਰਾ ਫੁਰਨਾ ਗੁਰੂ ਨਾਲ ਜੁੜ ਜਾਏਗਾ ਤੇ ਬਖਸ਼ਿਆ ਜਾਏਗਾ, ਤੇਰੀ ਗੱਦੀ ਹੋ ਜਾਊ, ਤੇ ਜੇ ਤੇਰਾ ਫੁਰਨਾ ਜਾਣ ਲੱਗਾ ਦੂਜਾ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਨਾ, ਤੁਸੀਂ ਲਿਆਓ ਬਾਪੂ ਦਾ ਪੋਤਾ,
ਬਾਪੂ ਦਾ ਪੋਤਾ ਲਿਆਓ ਬਾਪੂ ਦੇ ਸਾਹਮਣੇ ਕਰੋ। ਕਈ ਨਾ ਬਾਪੂ ਦੀ ਵੀ ਬਿਰਤੀ ਹੋਏ ਨਾ ਤੇ ਕਹਿੰਦਾ ਮੇਰੇ ਪੋਤੇ ਨੂੰ ਲਿਆਓ। ਇਹ ਅਸੀਂ ਕਰ ਚੁੱਕੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਜੱਜ ਦਾ ਫੈਸਲਾ, ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੇਂ ਜੇ ਮਰੇ ਸੂਕਰ ਜੂਨ ਵੱਲ ਵੱਲ ਔਤਰੇ। ਕਿਉਂਕਿ ਬਾਵਾ ਬੱਚੇ ਹੁੰਦੇ ਆ ਤੇ ਲੈ ਤੈਨੂੰ ਬੱਚਿਆਂ ਦਾ ਬੜਾ ਪਿਆਰ ਹੀ ਤੇ ਬਾਵਾ ਹੀ ਹੋ। ਅੰਤ ਕਾਲ ਜੋ ਮੰਦਰ ਸਿਮਰੇ, ਮੰਦਰ ਘਰ ਕਿਸੇ ਮੇਰੇ ਵਰਗੇ ਵਰੀਬ ਦਾ ਸਾਰੀ ਉਮਰ ਘਰ ਹੀ ਨਾ ਬਣੇ। ਆਏ ਉਹ ਲੰਬਾ ਕੋਈ ਸੀ ਜਿਹੜੇ ਕੱਟ ਲਏ, ਰੱਬ ਨੇ ਉਹਨੂੰ ਘਰ ਹੀ ਨਹੀਂ ਦਿੱਤਾ ਤੇ ਮਰ ਲੱਗਿਆ ਚਲਾ ਗਿਆ ਖਿਆਲ ਘਰ ਦੇ ਵਿੱਚ। ਰੱਬਾ ਮੈਂ ਤੇ ਕੋਈ ਜੀ ਜਾਣੂ ਮਰ ਕੇ ਜਗਾ ਚੱਲਿਆ, ਘਰ ਦੇ ਮੈਨੂੰ ਮਿਲਿਆ ਹੀ ਨਾ। ਉਹਨੂੰ ਤੇ ਉਹਨੂੰ ਗੁਰੂ ਸਾਹਿਬਾਂ ਦੇ ਬਣ ਚੁੱਕਿਆ ਮੰਦਰ। ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜੀ। ਆ ਕਈ ਵਾਰ ਤੁਸੀਂ ਵੱਡੀਆਂ 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 ਬਿਲਡਿੰਗਾਂ ਵੇਖੀਆਂ ਹੋਣਗੀਆਂ, ਵੱਡੀਆਂ ਵੱਡੀਆਂ ਕੋਠੀਆਂ ਵੇਖੀਆਂ ਹੋਣਗੀਆਂ। ਲੋਕੀ ਉਹ ਕੋਠੀਆਂ ਵੇਚ ਕੇ ਚਲੇ ਜਾਂਦੇ, ਦੱਸਦੇ ਨਹੀਂ ਉਹਨਾਂ ਕੋਠੀ 'ਚ ਬਚਤ ਨਹੀਂ ਹੁੰਦੀ, ਉਹਨਾਂ ਕੋਠੀਆਂ ਦੇ ਜੀਆਂ ਨੂੰ ਸ਼ਾਂਤੀ ਨਹੀਂ ਮਿਲਦੀ, ਜੀ ਲੜ ਕੇ ਬਹਿੰਦੇ ਨਹੀਂ ਤੇ ਉਹ ਦੱਸਦੇ ਨੂੰ ਵੇਚ ਦਿੰਦੇ ਆ। ਹੁੰਦਾ ਪਤਾ ਕੀ ਆ, ਵੱਡਾ ਵਡੇਰੇ ਚੜ ਕੇ ਬੈਠਾ ਹੁੰਦਾ ਕਿਉਂਕਿ ਮਨ ਲੱਗਿਆ ਉਹਦੀ ਸੁਰਤੀ ਉੱਥੇ ਚਲੀ। ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੇਂ ਜੇ ਮਰੇ ਪ੍ਰੇਤ ਜੂਨ ਵੱਲ ਵੱਲ ਉਤਰੇ। ਹੁਣ ਤੀਸਰੇ ਨੰਬਰ ਤੇ ਘਰ ਵਾਲੀ ਨੇ ਪਿਆਰ ਆਉਣਾ, ਘਰ ਵਾਲੀ ਨਾ ਮਤਲਬ ਇਹ ਦੋ ਜੀ ਰੱਬ ਨੇ ਇਹੋ ਜਿਹਾ ਬਣਾਏ ਕਿਤੇ ਘਰ ਵਾਲੀ ਨੂੰ ਲੰਮਾ ਸਮਾਂ ਪਤੀ ਤੋਂ। ਪਰ ਜੇ ਕਹਿੰਦਾ ਜੇ ਤੇਰੀ ਸੁਰਤੀ ਘਰ ਵਾਲੀ ਨੇ ਚਲੇ ਗਈ। ਅੰਤ ਕਾਲ ਜੋ ਇਸਤਰੀ ਸਿਮਰੇ, ਇਸਤਰੀ ਕਹਿੰਦੇ ਘਰ ਜਾਣੀ, ਜੇ ਤੇਰਾ ਪਰਨਾ ਇਹ ਬਣ ਗਿਆ ਕਿ ਤੂੰ ਆਪਣੀ ਘਰ ਵਾਲੀ ਨੇ ਚਲਿਆ। ਘਰ ਵਾਲੀ ਦੇ ਕਈ ਨਾ ਪਰਿਵਾਰ ਇਹੋ ਜਿਹੇ ਵੇਖੇ ਕਿ ਬਾਹਰ ਵਿੱਚ ਪੁੱਤ ਜਿਹੜੇ ਨੇ ਉਹ ਮਾਂ ਦੀ ਸੇਵਾ ਨਹੀਂ ਕਰਦੇ, ਪਿਓ ਦੀ ਸੇਵਾ ਨਹੀਂ ਕਰਦੇ, ਤੇ ਉਹ ਫਿਰ ਮਾਂ ਜਿਹੜੀ ਆ ਉਹ ਆਪਣੇ ਘਰ ਵਾਲੇ ਨੂੰ ਯਾਦ ਕਰਦੀ ਆ। ਤੇ ਘਰ ਵਾਲੇ ਨੂੰ ਪਤਾ ਹੁੰਦਾ ਵੀ ਮੇਰੇ ਪੋਤੇ ਇਹੋ ਜਿਹੇ ਨਾ ਮੇਰੀ ਮਾਂ ਦੀ ਮੁੜ ਕੇ ਸੇਵਾ ਨਹੀਂ ਕਰਦੇ, ਤੇ ਉਹਦੇ ਮਨ ਜਿਹੜੇ ਬਿਰਤੀ ਰੱਖਦੀ ਹਾਏ ਰੱਬਾ ਮੈਂ ਤੇ ਚਲੇ ਚਲੇ ਆ ਤੇ ਇਹ ਵਿਚਾਰੀ ਕੀ ਕਰੂੰ, ਜਾਇਦਾਦ ਵੀ ਹੈ ਨਹੀਂ, ਘਰ 'ਚ ਗਰੀਬੀ ਆ, ਪੋਤਾ ਗਿਆ ਕਾਰ ਨਹੀਂ, ਬਾਹਰ ਬਾਹਰ ਭੋਂਕੇ ਸਭ ਦੀ ਜੋੜ ਵਿਚਾਰੇ ਜਾਏ। So
Thank you.
Thank you.
मेरे आदि सब को तो
Thank you.
ਸੱਚੇ ਪਾਤਸ਼ਾਹ ਜੀ ਦਾ
ਸੁਧਾਇਓ ਪੁੱਤਰ ਮਾਟੀ ਜੇ ਨਾਨਕ ਮਿੱਤਰ ਮਹਾਸਾ ਹੈ ਜਿਹਾ ਤੀਰੀ ਲਿਖਿਆ ਇਹਾ ਹੁਕਮ ਕੁਮਾਰ ਕੱਲੇ ਆਵਾ ਨਾਨਕਾ ਸੱਤੇ ਉੱਠੀ ਜਾਣੇ ਦੇ ਪਾਵਨ ਮਾਲਾ ਅਨੁਸਾਰ ਸਾਧੂ ਦੀ ਆਦਮੀ ਦੇ ਜਨਮ ਕਰੋੜ ਸਾਹਿਬ ਗੁਰੂ ਪਿਆਰੇ ਕਹਿੰਦੇ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਸਰਦਾਰ ਪਹਿਲਾਂ ਆਪ ਜੀ ਵੱਲੋਂ ਬਖਸ਼ਿਸ਼ ਕੀਤੇ ਸਵਾਸਾ ਰੂਪੀ ਪੂੰਜੀ ਨੂੰ ਭੋਗਿਆ ਹੋਇਆ ਪੰਜ ਭੌਤਿਕ ਸਰੀਰ ਨੂੰ ਤਿਆਗ ਕੇ ਮਾਤ ਲੋਕ ਤੋਂ ਪਰਲੋਕ ਗਮਨ ਕਰ ਗਏ ਸਨ ਆਪ ਜੀ ਦੇ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਉਹਨਾਂ ਦੇ ਅੰਤਮ ਅਰਦਾਸ ਦੇ ਸੰਬੰਧ ਵਿੱਚ ਆਪ ਜੀ ਦੇ ਪਾਵਨ ਹੁਕਮ ਅਨੁਸਾਰ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜੀ ਉਹਦੇ ਪਾਵਨ ਹੁਕਮ ਨੂੰ ਮੰਨਦਿਆਂ ਹੋਇਆ ਸਮੁੱਚੇ ਹੀ ਪਰਿਵਾਰ ਵੱਲੋਂ ਆਪ ਜੀ ਦੀ ਧੁਰਤੀ ਬਾਣੀ ਨਾਲ ਸ੍ਰੀ ਅਖੰਡ ਪਾਤਸ਼ਾਹ ਪ੍ਰਾਰੰਭ ਕਰਵਾ ਕੇ ਭੋਗ ਪਵਾਉਣਾ ਕੀਤਾ ਉਪਰੰਤ ਸਦੇ ਭੰਡਾਰ ਅੰਦਰ ਆਪ ਜੀ ਦੀ ਮਹਾਨ ਗਲਤ ਛਾਇਆ ਹੇਠ ਸੁੰਦਰ ਦੀਵਾਨ ਸਦੇ ਸਦੇ ਦੀਵਾਨ ਵਿੱਚ ਪਾਵਨ ਗੁਰਬਾਣੀ ਦਾ ਸ਼ਬਦ ਕੀਰਤਨ ਹੋਇਆ ਹੈ ਮੇਰ ਕਰਨੀ ਦਇਆ ਕਰਨੀ ਤਰਸ ਕਰਨਾ ਆਪ ਜੀ ਦਾ ਪਾਵਨ ਮਾਵਾਕ ਹੈ ਲਿਖਾ ਕਥਨ ਸੁਤਿਆ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ੁਆ ਨਾਨਕ ਪਾਰ ਪਾਰ ਸਤਿਗੁਰੂ ਜੀ ਦੀਵ ਆਤਮਾ ਬਾਪੂ ਮਹਿੰਦਰ ਸਿੰਘ ਜੀ ਤੋਂ ਸੰਸਾਰ ਵਿਚਰਦਿਆ ਜਾਣੇ ਅਣਜਾਣੇ ਭੂਈਆਂ ਭੁੱਲਾਂ ਨੂੰ ਨਾ ਚਿਤਾਰਦੇ ਹੋਏ ਕਹੇ ਗੁਰੀ ਸੁਣੋ ਰਹਿ ਸੰਤ ਹੇਤ ਹੀ ਕਰੋ ਨਵੇਰਾ ਆਪ ਕੀ ਵਾਰ ਬਖਸ਼ ਬੰਦੇ ਕਾ ਬਹੁਤ ਨਾ ਭੌਜਲ ਫੇਰਾ ਵਾਲੀ ਬਖਸ਼ਿਸ਼ ਕਰਨੀ ਬਾਪੂ ਜੀ ਨੂੰ ਸਦੀਵ ਕਰ ਲਈ ਆਪਣੇ ਪਾਵਨ ਚਰਨਾਂ ਵਿੱਚ ਭੇਤਾ ਬਖਸ਼ਣੀ ਪਿੱਛੇ ਪਰਿਵਾਰ ਤੰਬੀਆਂ ਸੰਬੰਧੀਆਂ ਨੂੰ ਭਾਣਾ ਮੰਡਲ ਦਾ ਬਲ ਬਖਸ਼ ਕਰਨਾ ਆਉਣ ਵਾਲੇ ਸਮੇਂ ਪਰਿਵਾਰ ਵਾਸਤੇ ਸੁਭਾਣੇ ਕਰਨੇ ਉਹਨਾਂ ਦੇ ਪਰਿਵਾਰ ਰੂਪੀ ਖਿੜੇ ਹੋਏ ਬਗੀਚੇ ਨੂੰ ਸਦਾ ਲਈ ਭਰਿਆ ਭਰਿਆ ਤੇ ਪ੍ਰਫੁੱਲਤ ਰੱਖਣਾ ਜਿਸ ਤਰ੍ਹਾਂ ਸਤਿਗੁਰੂ ਜੀ ਪਰਿਵਾਰ ਨੂੰ ਆਪਣੇ ਪਾਵਨ ਚਰਨਾਂ ਨਾਲ ਜੋੜਿਆ ਹੈ ਗਾਹੇ ਬੁਲਾਹੇ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦਾਰੇ ਬਖਸ਼ਿਤ ਕਰਵਾਉਂਦੇ ਹੋ ਰਹਿੰਦੇ ਜੀਵਨ ਤੱਕ ਪਰਿਵਾਰ ਦੀ ਭਾਵਨਾ ਆਪਣੇ ਪਾਵਨ ਚਰਨਾਂ ਨਾਲ ਜੋੜ ਕੇ ਰੱਖਣੀ ਛੋਟੇ ਬੱਚੇ ਬੱਚੀਆਂ ਨੂੰ ਗੁਰਮਤਿ ਦਾ ਦਾਨ ਗੁਰਸਿੱਖੇ ਪਰਿਵਾਰ ਹੋਇਆ ਪ੍ਰਸ਼ਾਦ ਲੰਗਰ ਸੰਗਤ ਤੇਰੀ ਪਿਆਰੇ ਦੇ ਲੋਕ ਜਿੰਨਾ ਬਣਿਆ ਜੀ ਦਾ ਨਾਮ ਤੇ ਪਿਆਰੇ ਨਾਨਕ ਨਾਮ ਚੜ੍ਹਦੀ ਕਲਾ ਹੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਫਤਿਹ ਗੁਰੂ ਗੋੜਾ ਜਵਾਹ
ਘੰਡੇ ਆਪਦੇ ਨਾਲ ਬਸ ਅਤੇ ਉੱਚੀ ਜਾਏ ਮਾਂ ਬਾਪ ਦਾ ਸਾਰ ਇਸ ਸੰਸਾਰ ਤੋਂ ਪਰਲੋ ਗਮਨ ਕਰ ਗਏ ਜੋ ਸਾਡੀ ਸਤਿਗੁਰੂ ਜੀ ਨੇ ਸਾਨੂੰ ਮਰਯਾਦਾ ਦਰਸਾਈ ਹੈ ਉਸ ਮਰਯਾਦਾ ਅਨੁਸਾਰ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ ਇਸ ਤੋਂ ਗੋਪਾਲ ਪੰਡਤ ਸੱਜੇ ਉਬਾਰਾ ਕਾਕਾ ਬੜੇ ਗੁਰਾਨ ਜੀ ਉਹਦੇ ਮਾਂ ਬਾਪ ਅਨੁਸਾਰ ਉਹਨਾਂ ਦੇ ਸਮੁੱਚੇ ਹੀ ਪਰਿਵਾਰ ਵੱਲੋਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦਾ ਸ਼੍ਰੀ ਅਖੰਡ ਪਾਠ ਸਾਹਿਬ ਗ੍ਰੰਥ ਦੀ ਪ੍ਰਾਰੰਭ ਕਰਵਾ ਕੇ ਭੋਗ ਪਵਾਉਣਾ ਕੀਤਾ ਉਪਰੰਤ ਸਦੇ ਪੰਡਾਲ ਅੰਦਰ ਅਤਿ ਸਨਮਾਨ ਜੋ ਭਾਈ ਸਾਹਿਬ ਭਾਈ ਗੁਰਿੰਦਰ ਸਿੰਘ ਜੀ ਅਜੂਰੀ ਕੀਰਤਨੀਏ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਉਹਨਾਂ ਨੇ ਆਪ ਸੰਗਤਾਂ ਦੇ ਨਾਲ ਗੁਰੂ ਕੀ ਪਾਵਨ ਬਾਣੀ ਵੈਰਾਗਮਈ ਬਾਣੀ ਦੇ ਸ਼ਬਦ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਵਾਏ ਨੇ ਵਿਛੀ ਹੋਈ ਆਤਮਾ ਵਾਸਤੇ ਆਪਾਂ ਸਾਰਿਆਂ ਨੇ ਗੁਰੂ ਚਰਨਾਂ ਵਿੱਚ ਜੁੜ ਕੇ ਅਰਦਾਸ ਬੇਨਤੀ ਕੀਤੀ ਹੈ ਕਿ ਸਤਿਗੁਰੂ ਹਰ ਸਾਲ ਭੁੱਲਣ ਹਾਰ ਹੈ ਕਿਉਂਕਿ ਬੜੀ ਅਵਸਥਾ ਨਿਕਲਦੀ ਹੈ ਜਵਾਨੀ ਬਚਪਨਾ ਫਿਰ ਵਡੀਪਾ ਅਤੇ ਇਹਨਾਂ ਪੜਾਵਾਂ ਵਿੱਚੋਂ ਲੰਘਦੇ ਹਾਂ ਕਈ ਵਾਰੀ ਜਾਣੇ ਅਣਜਾਣੇ ਇਨਸਾਨ ਜਿਹੜਾ ਹੈ ਉਹ ਭੁੱਲਾਂ ਕਰ ਲੈਂਦਾ ਹੋ ਜਾਂਦੀਆਂ ਨੇ ਭੁੱਲਾਂ ਕਿਉਂਕਿ ਇਨਸਾਨ ਭੁੱਲਣ ਹਾਰ ਹੈ ਜੇ ਭੁੱਲਣ ਦੇ ਜਿਹੜੇ ਕਿ ਉਹ ਅਕਾਲ ਪੁਰਖਾ ਹੈ ਬਹਿ ਜਾਏ ਅਤੇ ਉਸ ਪ੍ਰਥਾਏ ਆਪਾਂ ਬੇਨਤੀ ਕੀਤੀ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਕੇ ਸਾਰੀ ਸੰਗਤ ਨੇ ਕਿ ਸਤਿਗੁਰੂ ਜੀ ਕਿਰਪਾ ਕਰਨੀ ਉਸ ਵਿਛੜੀ ਆਤਮਾ ਤੋਂ ਜਾਣੇ ਅਣਜਾਣੇ ਕੋਈ ਭੁੱਲ ਹੋਵੇ ਅਤੇ ਨਾ ਚਤਾਰਦੇ ਹੋਏ ਆਪਣੇ ਚਰਨਾਂ ਵਿੱਚ ਨਿਵਾਸ ਲੈਣਾ ਔਰ ਇੱਕ ਗੱਲ ਹੈ ਕਿ ਸਤਿਗੁਰੂ ਜੀ ਅਰਦਾਸ ਸੁਣਦੇ ਵੀ ਹੈ ਜਦੋਂ ਬੰਦਾ ਅਰਦਾਸ ਕਰਦਾ ਹੈ ਜ਼ਰੂਰ ਸੁਣਦੇ ਹੈ ਅਤੇ ਸਤਿਗੁਰੂ ਕਿਰਪਾ ਕਰ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀਆਂ ਜੋੜਿਆ ਜੋ ਬਾਪੂ ਜੀ ਦੇ ਕਹਿਣ ਦੇ ਮਿਠਾਸ ਬਹੁਤ ਗਵਾਲੇ ਬਾਪੂ ਨੇ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦਾ ਪਾਲਣ ਪੋਸ਼ ਕੀਤਾ ਉਸ ਤੋਂ ਉਪਰੰਤ ਦੋਵਾਂ ਪਿੰਡਾਂ ਦੀ ਸਰਪੰਚੀ ਕੀਤੀ ਪਿੰਡ ਸੰਘਰ ਅਤੇ ਪਿੰਡ ਕਲਾਸਪੁਰ ਦੀ 25 ਸਾਲ ਸਰਪੰਚੀ ਕੀਤੀ ਮੇਰੇ ਕਹਿਣ ਤੋਂ ਬਾਅਦ ਉਸ ਸਰਪੰਚੀ ਦਾ ਫਲ ਮੇਰੇ ਸਰਦਾਰ ਵੀਰ ਮਨਜੀਤ ਸਿੰਘ ਜੀ ਲਾਲੀ ਨੂੰ ਮਿਲਿਆ ਤਾਂ ਕਿ ਜੋ ਉਹਨਾਂ ਨੇ ਸੇਵਾ ਕੀਤੀ ਸੀ ਉਹ ਪਰਿਵਾਰ ਦੇ ਵਿੱਚ ਆਣ ਕੇ ਮਨਜੀਤ ਸਿੰਘ ਲਾਲੀ ਨੂੰ ਉਸ ਗੱਲ ਦਾ ਫਾਇਦਾ ਮਿਲਿਆ ਇਹਨਾਂ ਦੋਵਾਂ ਪਿੰਡਾਂ ਨੇ ਅੱਜ ਤੀਕਾ ਮਾਫੀ ਦਾ ਅਤੇ ਚੇਅਰਮੈਨ ਸਾਹਿਬ ਦਾ ਬਹੁਤ ਮਾਣ ਕੀਤਾ ਮੈਂ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਬਾਪੂ ਨੂੰ ਸਰਦਾਰ ਦੇ ਫੁੱਲ ਭੇਟ ਕਰਦਾ ਹਾਂ ਕਿਉਂਕਿ ਗਰਮੀ ਬਹੁਤ ਹੈ ਬੁਲਾਰੇ ਵੀ ਬਹੁਤ ਨੇ ਸਾਡੇ ਬਹੁਤ ਸਤਿਕਾਰਯੋਗ ਫਤਿਹ ਜੰਗ ਸਿੰਘ ਜੀ ਬਾਜਵਾ MLA ਹੱਕਾ ਕਾਦੀਆਂ ਉਹ ਵੀ ਚੰਗੇ ਤੌਰ 'ਤੇ ਪਹੁੰਚੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਵੀ ਨੇ ਇਸ ਕਰਕੇ ਅਸੀਂ ਬਹੁਤਾ ਸਮਾਂ ਨਹੀਂ ਸਾਰਾ ਜੀ ਤੁਹਾਨੂੰ ਮੁਕਾ ਜਾਂਦਾ ਤਾਂ ਤੁਸੀਂ ਇੱਕ ਸਿਰ ਦੀ ਕੀ ਗੱਲ ਕਰਦੋ ਮੈਂ ਸਾਰਾ ਸਰਪੰਚ ਸੀ ਬਚਾ ਬੜੇ ਸਨਮਾਨ ਅਤੇ ਸਤਿਕਾਰਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬ ਸਮਾਨ ਬੈਠੀ ਹੋਈ ਅਤੇ ਸਾਧ ਸੰਗਤ ਜੀ ਸਾਡੇ ਹਲਕੇ ਦੇ ਇੰਚਾਰਜ ਫਤਿਹ ਸਿੰਘ ਬਾਜਵਾ ਜੀ ਹੋਰ ਸਾਰੇ ਸਮਾਜਿਕ ਧਾਰਮਿਕ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਹੋਏ ਅਤੇ ਸਾਰੇ ਸਰਦਾਰ ਬਲਜੀਤ ਸਿੰਘ ਲਾਲੀ ਜੀ ਦੇ ਸਾਰੇ ਸੱਜਣ ਮਾਤਾ ਭੈਣੋਂ ਸਭ ਤੋਂ ਪਹਿਲਾਂ ਜੀਵਾ ਗੁਰਦਰ ਕਰਦੇ ਹੋਏ ਇੱਕ ਸ਼ਰਧਾ ਦੇ ਨਾਲ ਅਰਦਾਸ ਕਰਦੇ ਹੋਏ ਅਤੇ ਜੈਕਾਰਾ ਲਈਏ ਜੋ ਬੋਲੇ ਸੋਨਿਹਾ ਸਾਧ ਸੰਗਤ ਜੀ ਦਿਲ ਵਿੱਚ ਕੋਈ ਬਾਹਰ ਹੁੰਦਾ ਵਾ ਉਹਨਾਂ ਕਦੀ ਕਿਸੇ ਨਾਲ ਝੂਠ ਨਹੀਂ ਕੋਈ ਜਿਹਨਾਂ ਵੀ ਕੀਤੀ ਗੱਲ ਸੱਚੀ ਕੀਤੀ ਆ ਭਾਵੇਂ ਉਹਨਾਂ ਦਾ ਵਿਰੋਧੀ ਆਵੇ ਭਾਵੇਂ ਉਹਨਾਂ ਦਾ ਆਪਣਾ ਕੋਈ ਖਾਸ ਆਵੇ ਉਹਨਾਂ ਇਨਸਾਫ ਕੀਤਾ ਮੇਰੇ ਵੀਰੋ ਜਿਸ ਤਰ੍ਹਾਂ ਪਹਿਲਾਂ ਦੱਸ ਕੇ ਦਾਨ ਗਏ ਨੇ ਕਿ ਜਿਸ ਘਰ ਦੇ ਵਿੱਚ ਬਜ਼ੁਰਗਾਂ ਦਾ ਸਤਿਕਾਰ ਹੁੰਦਾ ਵਾ ਸੇਵਾ ਹੁੰਦੀ ਆ ਉਸ ਘਰ ਨੂੰ ਪਰਮਾਤਮਾ ਬੁਲੰਦੀਆਂ 'ਤੇ ਪਹੁੰਚਾਉਂਦਾ ਉਸ ਘਰ ਵਿੱਚ ਕੋਈ ਕਮੀ ਨਹੀਂ ਰਹਿੰਦੀ ਇਸੇ ਤਰ੍ਹਾਂ ਇਸ ਪਰਿਵਾਰ ਦੇ ਵਿੱਚ ਵੀ ਕੋਈ ਕਮੀ ਨਹੀਂ ਆ ਅਸੀਂ ਜਦੋਂ ਚੇਅਰਮੈਨ ਸਾਹਿਬ ਦੇ ਨਾਲ ਜਾਂਦੇ ਸੀ ਇਹਨਾਂ ਨੇ ਜਦੋਂ ਤਿਆਰ ਹੋ ਕੇ ਜਾਣਾ ਤਾਂ ਪਹਿਲਾਂ ਬਾਪੂ ਜੀ ਨੇ ਗੋਡੀਆਂ ਬੁਲਾ ਕੇ ਪੈਰੀਆਂ ਬੁਲਾ ਕੇ ਉਹਨਾਂ ਦਾ ਅਸੀਰਵਾਦ ਲੈ ਕੇ
ਫਿਰ ਘਰੋਂ ਬਾਹਰ ਨਿਕਲਣਾ, ਫਿਰ ਜਦੋਂ ਆਉਣਾ ਫਿਰ ਬਾਪੂ ਜੀ ਨੇ ਕੋਟੀਆਂ ਕਰਾਉਣਾ। ਬਾਪੂ ਜੀ ਨੇ ਇੱਕ ਬੜੇ ਮਜ਼ਾਕੀਆ ਸੁਭਾਅ ਦੇ ਬੱਚੇ ਦੇ ਬੱਚਿਆਂ ਕੋਲ ਖਾਉਣਾ ਤੇ ਉਹਨਾਂ ਬੱਚਿਆਂ ਵਰਗੇ ਬਣ ਜਾਣਾ, ਸਾਡੇ ਨਾਲ ਬੜਾ ਮਜ਼ਾਕ ਕਰਨਾ, ਹੱਸਣਾ ਖੇਡਣਾ, ਬੜਾ ਉਹਨਾਂ ਦਾ ਮਿੱਠੇ ਬੋਲ ਸੀ। ਪਤਾ ਹੈ ਕਿ ਆਪਾਂ ਸਾਰੇ ਬਾਪੂ ਜੀ ਸਰਦਾਰ ਮਹਿੰਦਰ ਸਿੰਘ ਹੋਣਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇੱਥੇ ਇਕੱਤਰ ਹੋਏ ਹਾਂ। ਬਹੁਤ ਰਾਜਨੀਤਿਕ ਪਾਰਟੀਆਂ ਦੇ ਸੀਨੀਅਰ ਲੀਡਰ ਵੀ ਪਹੁੰਚੇ ਨੇ, ਰਿਸ਼ਤੇਦਾਰ ਵੀ ਪਹੁੰਚੇ ਨੇ, ਸਾਰਿਆਂ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਮੈਂ ਸਵਾਗਤ ਵੀ ਕਰਦਾ। ਜਦੋਂ ਵੀ ਪਿੰਡ ਨੂੰ ਜਾਣਾ ਬਾਪੂ ਜੀ ਹੁਣੀ ਮੈਂ ਦੇਖਦਾ ਸੀ ਕੁਰਸੀ ਲਾ ਕੇ, ਕਦੀ ਚਲੋ ਜਦੋਂ ਅਵਸਥਾ ਆਉਂਦੀ ਆ ਉਦੋਂ ਸੋਟੀ, ਪਹਿਲਾਂ ਸੋਟੀ ਤੋਂ ਬਗੈਰ ਕੁਰਸੀ ਲਾ ਕੇ ਅਲਾਲੀ ਭਾਈ ਵਾਲੀ ਜਿਹੜੀ ਕੋਠੀ ਆ ਇਹ ਬਾਅਦ 'ਚ ਬਣੀ, ਉਸ ਤੋਂ ਅਗਲੇ ਪਾਸੇ ਪਹਿਲਾਂ ਬੈਠੇ ਹੁੰਦੇ, ਉਹਨਾਂ ਕੋਲ 4-8-10 ਸੱਜਣ ਹਰ ਵੇਲੇ ਬੈਠੇ ਹੁੰਦੇ ਸੀ। ਜਦੋਂ ਵੀ ਨੰਗਣਾ ਵੜਨਾ ਇਸ ਟਾਈਮ ਤੱਕ ਵੀ ਮੈਨੂੰ ਲੱਗਦਾ ਕਿ ਉਹਨਾਂ ਦੀ ਉਮਰ ਜਿਹੜੀ ਆ 90-95 ਦੇ ਕਰੀਬ ਹੋ ਸਕਦੀ ਹੈ, ਕਿ ਜੇ 90-95 ਸਾਲ ਹੋ ਗਈ ਇੰਨੀ ਉਮਰ, ਅੱਜ ਕੱਲ੍ਹ ਬਹੁਤ ਘੱਟ ਇਨਸਾਨ। ਮੈਨੂੰ ਲੱਗਦਾ ਕਿ ਅਸੀਂ ਜਿਹੜੇ ਇੱਥੇ ਤੁਰੇ ਫਿਰਦੇ ਹਾਂ ਅਸੀਂ ਵੀ 60-62-65 ਨਹੀਂ ਟੱਪਣਾ, ਪਰ ਇਹ ਬਾਪੂ ਜੀ ਦੇ ਵਿੱਚ ਕੋਈ ਖਾਸ ਗੱਲਾਂ ਸੀਗੀਆਂ, ਪਰਿਵਾਰ ਦਾ ਬੜਾ ਸਾਥ ਸੀਗਾ, ਸਹਿਯੋਗ ਸੀਗਾ, ਬੜਾ ਖੁਸ਼ੀ ਖੁਸ਼ਹਾਲ ਪਰਿਵਾਰ ਆ। ਅੱਗੇ ਅੰਕਲ ਹੁਣੀ ਨੇ, ਲਾਲੀ ਭਾਜੀ ਹੁਣੀ ਨੇ, ਤਿੰਨੇ ਭਰਾ ਸਾਰਿਆਂ ਨੇ ਬਾਪੂ ਜੀ ਦੀ ਦੇਖਭਾਲ ਕੀਤੀ ਆ ਹਰ ਵੇਲੇ। ਕਈ ਵਾਰੀ ਮੈਂ ਲਾਲੀ ਭਾਜੀ ਦੇ ਦੇਖਣਾ, ਇਹਨਾਂ ਦਾ ਬੇਟਾ ਵੀ ਬਾਪੂ ਜੀ ਨੂੰ ਸਕੂਟਰੀ 'ਤੇ ਬਿਠਾ ਕੇ ਅਤੇ ਲੈ ਕੇ ਜਾਂਦਾ ਹੁੰਦਾ ਸੀਗਾ। ਇਹ ਤੰਦਰੁਸਤੀ ਦੀਆਂ ਨਿਸ਼ਾਨੀਆਂ ਸੀਗੀਆਂ। ਬਾਪੂ ਜੀ ਜਿਹੜੇ ਪਿੰਡ ਵੀ ਚਲੇ ਜਾਂਦੇ ਸੀ ਜਾਂ ਕਿਸੇ ਕੋਲ ਵੀ ਚਲੇ ਜਾਂਦੇ ਸੀ, ਚਲੇ ਸਾਰਿਆਂ ਨੇ ਜਾਣਾ ਆ, ਆਪੋ ਆਪਣੀ ਵਾਰੀ ਆ, ਕਿਸੇ ਨੇ ਰਹਿਣਾ ਨਹੀਂ। ਭਾਈ ਸਾਹਿਬ ਨਿਯੰਤਰਣ ਉਦਾਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਿੱਤਰ ਗੋਦ ਵਿੱਚ ਬੈਠੇ ਹਾਂ। ਉਹਨਾਂ ਦੀ ਜ਼ਿੰਦਗੀ ਦੇ ਬਾਰੇ ਸਾਰੇ ਬੁਲਾਰਿਆਂ ਨੇ ਦੱਸਿਆ, ਬਹੁਤ ਨੇਕ ਇਨਸਾਨ ਅਤੇ ਚੜ੍ਹਦੀ ਕਲਾ ਦੇ ਇਨਸਾਨ ਸਨ। ਔਰ ਗੁਰਬਾਣੀ ਦੇ ਨਾਲ ਲਾਲੀ ਜੀ ਦਾ ਪਰਿਵਾਰ ਇੰਨਾ ਜੁੜਿਆ, ਔਰ ਮੇਰਾ ਤਾਂ ਲਾਲੀ ਜੀ ਦਾ ਸੰਬੰਧ ਥੋੜ੍ਹਾ ਹੀ ਚਿੰਤ ਬਣਿਆ ਹੈ। 2-3 ਸਾਲ ਹੀ ਹੋਏ ਹੋਣਗੇ, ਪਰ ਮੈਂ ਕਹਿੰਦਾ ਕਿ ਇੰਨਾ ਜ਼ਿਆਦਾ ਗੁਰੂ ਦੇ ਨਾਲ ਦਾ ਪਿਆਰ ਆ, ਇਹਨਾਂ ਮੇਰੇ ਭਤੀਜਿਆਂ ਨੂੰ ਅਤੇ ਮੇਰੇ ਪੁੱਤਰਿਆਂ ਨੂੰ ਵੀ ਬਾਬੇ ਦੀਪ ਸਿੰਘ ਦੇ ਗੁਰਦੁਆਰੇ ਐਤਵਾਰ ਜਾਣ ਵਾਸਤੇ ਲਾ ਦਿੱਤਾ। ਉਹਨੇ ਬਹੁਤ ਹੀ ਜ਼ਿਆਦਾ ਅਸੀਂ ਇੱਕ ਦੂਜੇ ਦੇ ਨੇੜੇ ਹੋਏ ਅਤੇ 2-3 ਵਾਰੀ ਬਾਪੂ ਜੀ ਦੇ ਦਰਸ਼ਨ ਕੀਤੇ ਆ। ਬਾਪੂ ਜੀ ਬੜੇ ਚੜ੍ਹਦੀ ਕਲਾ ਦੇ ਇਨਸਾਨ ਸਨ ਅਤੇ ਹੁਣ ਅਸੀਂ ਸਾਡਾ ਕਾਦੀਆਂ ਹਲਕੇ ਦੇ ਸਾਡੇ ਛੋਟੇ ਵੀਰ ਐਮਐਲਏ ਫਤਿਹ ਚੰਦ ਸਿੰਘ ਜੀ ਬਾਜਵਾ ਉਹ ਵੀ ਆਏ ਨੇ ਅਤੇ ਸਾਡੇ ਪਰਿਵਾਰ ਨੇ ਅਤੇ ਲਾਲੀ ਜੀ ਨੇ ਹਜ਼ੂਰੀ ਵਿੱਚ ਸੱਚੀ ਸਾਧ ਸੰਗਤ ਜੀ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬਾਪੂ ਮਹਿੰਦਰ ਸਿੰਘ ਜੀ ਕਾਹਲਾ ਜਿਨ੍ਹਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਅਸੀਂ ਸਾਰੇ ਇਕੱਤਰ ਹੋਏ ਹਾਂ, ਕਿਉਂਕਿ ਬੰਦਾ ਇੱਥੇ ਹੁਕਮ ਅਨੁਸਾਰ ਆਉਂਦਾ ਹੈ, ਹੁਕਮ ਅਨੁਸਾਰ ਚਲਾ ਜਾਂਦਾ ਹੈ, ਪਰਮਾਤਮਾ ਉਸਨੂੰ ਆਪਣਾ ਕੰਮ ਦੇਖ ਕੇ ਭੇਜਦਾ। ਕਿਸੇ ਨੂੰ ਕੋਈ ਡਾਕੂ ਬਣਾ ਦਿੰਦਾ, ਕਿਸੇ ਨੂੰ ਕੋਈ ਚੋਰ ਬਣਾ ਦਿੰਦਾ, ਕਿਸੇ ਨੂੰ ਵੱਧ ਨਸ਼ਾ ਪੀਣ ਵਾਲਾ ਬਣਾ ਦਿੰਦਾ, ਕਿਸੇ ਨੂੰ ਕੁਛ ਬਣਾ ਦਿੰਦਾ, ਕਿਸੇ ਨੂੰ ਭਗਤ ਬਣਾ ਦਿੰਦਾ। ਗੁਰੂ ਮਹਾਰਾਜ ਦੀ ਬਾਣੀ ਦੇ ਨਾਲ ਜੋੜ ਕੇ ਗੁਰੂ ਮਹਾਰਾਜ ਦੇ ਪ੍ਰਚਾਰ ਵਾਸਤੇ ਲਾ ਦਿੰਦਾ ਹੈ, ਉਹ ਸੱਚੇ ਪਾਤਸ਼ਾਹ ਦੀ ਪਰਮਾਤਮਾ ਦੀ ਕਿਰਪਾ ਹੈ। ਅਤੇ ਜਿਹੜਾ ਗੁਰੂ ਮਹਾਰਾਜ ਦੇ ਨਾਲ ਜੋੜਦਾ ਹੈ ਉਹਨੂੰ ਅਸੀਂ ਨਮਸਕਾਰ ਕਰਦੇ ਹਾਂ, ਉਹਨੂੰ ਆਪਣਾ ਸਿਰ ਝੁਕਾਉਂਦੇ ਹਾਂ। ਕਹਿੰਦੇ ਪਵਿੱਤਰ ਗੋਚ ਰਾਜਮਾਨ ਗੁਰੂ ਘਰ ਦੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਅੱਜ ਆਪਣੇ ਬਹੁਤ ਹੀ ਸਤਿਕਾਰਯੋਗ ਬਾਪੂ ਜੀ ਮਹਿੰਦਰ ਸਿੰਘ ਹੋਰਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇੱਥੇ ਇਕੱਤਰ ਹੋਏ ਹਾਂ। ਆਪਣੇ ਸਾਰੇ ਛੋਟੇ ਵੀਰ ਲਾਲੀ ਜੀ ਦੇ ਅੱਗੇ ਢੁੱਕ ਗਈ ਨਹੀਂ,
चाहे बापू जी अपनी उम्र हो के गए पर कहते कहते जो बुरा बड़ा वो डिगदा ना ते उसकी कमी जरूर महसूस होती है। साहब मिंदर सिंह जी ने जिदा जिक्र किया मेरे वीर जोगा जी ने भी 25 to 30 साल उन्होंने संकट पे अरदासपुर की सरपंची की। सरपंची का मतलब होता भी सिर जे पिंड का सरदार पिंड के सिर पर उन्होंने पिंड वाले ने पग रखी होती सरपंच का काम होता भी पिंड के प्यार अमन शांति सारे को जोड़ के रखे तो अपना परिवार सामने ये गुड़ती बापू जी की साढ़े वीर कुदरती गल होती है। इन्ह की किस्मत इन्हों ने उन्होंने काम करते वेख्या इन्होंने श्रद्धा तो लगन लोग सरदार मंत्री इतने बनाए और जोड़ा उन्होंने एक अखर जोड़ा असल मैं तो कहना भी बहुत भागा वाले लगी होंगी भी हर ऐतवार महाराज के दर्शन का भी लाभ ला जो तो बंदा कभी कभी भटकता बंदा जिंदगी में हर मुकाम पर पहुंच के कोई फैसले हर कोई सही नहीं करे गलत फैसला भी होना पर उस फैसले से फिर तुम गुरु महाराज दृढ़ता देते एक मार्गदर्शन दिखाते राह दिखाते भी नहीं रही आप इस राह सच दे सच का पैरा मैं कहना मित्र प्यारियों एक गल बल्ले मान लो जिस बंदे की जुबान अपनी नहीं वो कभी भी एक मनुख भान दे लायक नहीं। लीडर की लीडरशिप वो जुबान वो दृढ़ता को होती है तो जोड़े वे साथी ने उन्होंने इस गल का मान होना चाहिए भी जिदे नाल लगे हैं वो कभी भी साढ़े तो बेमुख नहीं हो सकता। यो ही एक बंदे की क्रेडिबिलिटी होंगी है एक लीडरशिप की क्रेडिबिलिटी होंगी है। भाऊ जी ने साढ़े बड़े वीर साहब जरनैल सिंह का जिक्र किया भी लाली जी होर अकाली दल वाले ने एक अपने नग में पछाण नहीं सके तराशिया तराश के सुन मैं भाऊ जी तुम्हें नहीं पता लाली होर के पिछे कोई 2 साल तो पिया मेरे उंगल नहीं सी बनाते जो गल करनी इन्हें कहना भाजपा साहब जो तुम आओगे ना फिर आप कट्ठे चलेंगे तो भरा ने अपनी जुबान पकाई जो दास इतों पार्टी ने टिकट दी तो सरदार प्रताप सिंह जी बाजवा और असी कटिया इन्हों आप जाके लैके आता है नहीं भी ये साढ़े को आए हैं। वाहेगुरू जी का खालसा वाहेगुरू जी की फतह। अज अं सारे बहुत सत्कार जो मेरे बापू जी सरदार मनोज सिंह जी अंतों दास शामिल होते हैं मेरे बहुत सत्कार जो गुरमुख प्यारे दरबार साहब के अरदासी सिंह भाई खंडर सिंह जी जो चेचे तौर पर पहुंचे ने भाई दविंदर सिंह जी दरबार साहब वीर आ गए तो साढ़े बहुत सत्कार जो बाजवा साहब उन्होंने सारे साथी साढ़े रिश्तेदार के समान मेरे इलाके के सारे ही पंच सरपंच मैं सारे का बहुत ही दिलों धन्यवाद करता तुसी सानू बड़ा ही माण बख्शा तो मेरे बापू जी तुसी सारे प्यार करते सी आज तुसी सारे साढ़े दुख के शरीक होए जे मैं दिल दीआं ढकाईआं तो साढ़े सारिआं दे चरणां दे नमस्कार करदा जिदा बाजवा साहब दसदे साढ़े चरण पैण दे नाल बहुत कीमती अरुणां हुंदीआं ने जिन्हां दे चरण पैंदे ने वो घर पवित्र हो जांदे ने ते बापू जी ने भी सारे संगत नूं बहुत ही प्यार दिंदे सन सारिया पार्टियां तो अकाली दल के जोड़े मेरे पुराने साथी सन सारे वो भी बहुत सारे आए हैं बीजेपी के भी आए हैं कांग्रेस के भी सारे आए हैं मेरा तो कहना भाव सारिया पार्टियां जो अभी फिर प्यार करते पार्टियां बाद चुनिया ने फिर सा प्यार का मिलोत्तर होता वो पार्टियां निकलियां तो तुसा सारिया ने पार्टियों को उठ के सारे ने बापू जी सब तो उठ के करते हैं आने के मैं दिलों
ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਸਾਡੇ ਬਾਪੂ ਜੀ ਨੂੰ ਗੁਰੂ ਸਾਹਿਬ ਆਪਣੇ ਚਰਨਾਂ ਦੇ ਵਾਸ ਬਖਸ਼ਣ ਅਤੇ ਸਾਡੇ ਆਇਆ ਹੋਇਆ ਸਾਰਿਆਂ ਦਾ ਦਿਲੋਂ ਧੰਨਵਾਦ ਅਤੇ ਸਾਨੂੰ ਮਿਹਰ ਭਰਿਆ ਸਾਡੇ 'ਤੇ ਗੁਰੂ ਸਾਹਿਬ ਆਪਣਾ ਹੱਥ ਰੱਖਣ। ਇਹਨਾਂ ਪਿੰਡਾਂ ਵਾਲੇ ਬਣਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।